ਰੋਟੀ ਹੱਕਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ ਕਰੀਏ। ਮੰਗਤੇ ਨਾਲੋਂ ਮਿਹਨਤ ਚੰਗੀ, ਮਿਹਨਤ ਵਿੱਚ ਤੰਦਰੁਸਤੀ ਚੰਗੀ, ਮੰਗਣ ਨਾਲੋਂ ਮਰਿਆ ਚੰਗਾ ਨਾਲ ਸੁਣਾ ਸੁਸਤੀ। ਰੋਟੀ ਹੱਕ ਦੀ ਖਾਈਏ ਨੀ ਪਾਣਾ ਬੂਟ ਪਾਲਸ਼ਾਂ। ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਜਸਪਾਲ ਕੌਰ ਹੈ। ਜਸਪਾਲ ਕੌਰ, ਹਾਂਜੀ। ਸਮਾਣਾ ਸਮਾਣਾ, ਮੈਂ ਤੁਹਾਨੂੰ ਯਾਦ ਕਰਦੀ ਹਾਂ, ਕਿੱਦਾਂ ਦੀ ਸੁਣਦੀ ਹਾਂ, ਮੈਨੂੰ ਦਰਸ਼ਨ ਕਰਨੇ ਆ ਇਹਨਾਂ ਦੇ। ਮੇਰੇ ਸਾਈਂ, ਮੇਰੇ ਸਾਈਂ। ਕੀ ਹਾਲ ਹੈ? ਵੇ ਬਈ, ਤੁਸੀਂ ਇੱਥੇ ਖੁਣਵਾਇਆ ਵੇ? ਇਹ ਮੇਰਾ ਗਿੱਲੜ ਹੋ ਗਿਆ ਸੀਗਾ। ਓ ਅੱਛਾ 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 ਅੱਛਾ। ਫਿਰ ਉਹ ਨਾ ਖੁਣ ਦਿੱਤਾ ਸੀ ਉਹਨਾਂ ਨੇ, ਫਿਰ ਬੈਠ ਗਿਆ ਸੀ, ਨਿਸ਼ਾਨ ਪੈ ਗਿਆ। ਦੇਸੀ ਇਲਾਜ ਨੇ ਪੁਰਾਣੇ, ਕਈਆਂ ਦੇ ਇੱਥੇ ਗੋਡਿਆਂ ਦੇ ਉੱਤੇ ਜੋਕਾਂ ਲਵਾ ਦਿੰਦੇ ਸੀ, ਮੈਨੂੰ ਯਾਦ ਹੈ। ਮੇਰੇ ਦਾਦਾ ਜੀ ਨੇ ਜੋਕਾਂ ਲਵਾਈਆਂ, ਮੈਂ ਕਿਹਾ ਇਹ ਕਾਹਤੋਂ ਲਵਾਈਆਂ, ਕਹਿੰਦੇ ਜਿਹੜਾ ਮਾੜਾ ਖੂਨ ਹੁੰਦਾ ਨਾ, ਗੰਦਾ ਖੂਨ ਹੁੰਦਾ, ਕੱਢ ਲੈਂਦੀਆਂ। ਪਰ ਮੈਨੂੰ ਹੁਣ ਪਤਾ ਲੱਗਿਆ ਵੀ ਗੰਦਾ ਖੂਨ ਕਿਹੜਾ ਹੁੰਦਾ, ਜਿਹੜਾ ਛੱਡ ਦੇ ਕਿਸੇ ਨੂੰ, ਜਿਹੜੇ ਆਪਣੇ ਮਾਂ ਬਾਪ ਨੂੰ ਛੱਡ ਦੇਣ, ਉਹ ਗੰਦਾ ਖੂਨ ਹੀ ਆ। ਮੁੰਡਾ ਘਰ ਨਹੀਂ ਵੜਦਾ, ਕੋਈ ਪੈਸਾ ਨਹੀਂ, ਧੇਲਾ ਨਹੀਂ। ਇੱਥੇ ਗੁਰੂ ਦੇ ਆਸਰੇ 'ਚ ਆ ਗਏ, ਰੱਬ ਦੇ ਆਸਰੇ 'ਚ ਆ ਗਏ, ਪ੍ਰਭੂ ਦੇ ਆਸਰੇ 'ਚ ਆ ਗਏ। ਬਹੁਤ ਸਹਾਰਾ ਇਹਨਾਂ ਦਾ ਸਾਨੂੰ, ਮਾਲਕ ਕਿਰਪਾ ਕਰੇ, ਮੈਂ ਤੁਹਾਡੇ ਦਰਸ਼ਨ ਕਰਕੇ ਜਾਇਆ ਕਰੂੰਗਾ ਜੀ। ਅੱਛਾ, ਹਾਂਜੀ। ਜੀਓ ਮਾਏ, ਤੁਹਾਡੇ ਪੇਕੇ ਕਿੱਥੇ ਹੈ? ਸਭ ਕੁਝ ਇਹ ਵਾਹਿਗੁਰੂ ਆ। ਬਸ ਜਿੱਥੇ ਵਾਹਿਗੁਰੂ ਆ ਗਿਆ ਉੱਥੇ ਸਾਰਾ ਕੁਝ ਹੀ ਆ ਗਿਆ, ਉੱਥੇ ਪੇਕੇ ਵੀ, ਉੱਥੇ ਸਹੁਰੇ ਵੀ। ਪਾਤਸ਼ਾਹ ਜਿੰਦੋ ਦਿੱਤਾ ਸਭ ਕੁਝ ਇਹੀ ਆ। ਮੇਰਾ ਦਾਤਾ, ਮੇਰਾ ਦਾਤਾ ਮੇਰ ਕਰੇ, ਮੇਰਾ ਦਾਤਾ, ਮੇਰਾ ਦਾਤਾ। ਇਹ ਗਾਣਾ ਸੁਣਦੇ ਨੇ, ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਆਏ ਹੋਏ। ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ। ਸੋ ਰੱਬ ਤੁਹਾਨੂੰ ਰਾਜ਼ੀ ਰੱਖੇ, ਤੰਦਰੁਸਤ ਰੱਖੇ, ਖੁਸ਼ ਰੱਖੇ, ਖੁਸ਼ੀਆਂ ਨਾਲ ਹੀ ਸਾਰਾ ਕੁਛ ਹੈ। ਤੁਹਾਡੇ ਕਿੱਥੇ ਹੈ? ਐਸ ਐਸ ਪੱਟੀ, ਮਾਈ ਐਲਡਰ ਬ੍ਰਦਰ। ਐਸ ਐਸ ਪੱਟੀ? ਹਾਂ ਹਾਂ, ਮੈਨੂੰ ਛੱਡ ਦਿੱਤਾ ਕੁਛ, ਮੈਨੂੰ ਗੰਦਾ ਕਹਿੰਦਾ। ਹੱਥ ਲਾਇਆ ਤਾਂ ਫਿਸ ਜਾਵਣਗੇ, ਉਹ ਚਾਹੀ ਨਹੀਂ ਸਿਖਾਉਂਦਾ ਉਸਕੋ। ਛੋਟੇ ਵਾਲਾ ਐਕਸਪਾਇਰ ਹੋ ਗਿਆ ਤੇ ਵੱਡਾ ਹੀ ਰਹਿ ਗਿਆ, ਮੈਨੂੰ ਗੰਦ ਕਹਿੰਦਾ। ਨੈਣਾਂ ਦੇ ਵਿੱਚ ਦਿਸ ਜਾਵਣਗੇ, ਹਾੜੇ ਹੋਏ ਅੱਖੀਆਂ ਦੇ ਖੂਹ ਚੋਂ ਜਾ ਕੇ ਨਿਕਲਣ ਛੋਟੋ ਗੰਦ ਨੂੰ, ਮੈਨੂੰ ਗੰਦ ਕਹਿੰਦੀ। ਹਾੜੇ ਹੋਏ ਅੱਖੀਆਂ ਦੇ ਖੂਹ ਚੋਂ ਘੇਰਨਾ ਦਰਦਾਂ ਨੂੰ, ਛੇੜਨਾ ਇੰਨਾ ਦਰਦਾਂ ਨੂੰ ਹੈ, ਛੇੜਨਾ ਇੰਨਾ। ਪ੍ਰਭ ਕਾ ਸਿਮਰਨ ਸਭਸੇ ਉੱਚਾ, ਬਿਲਕੁਲ। ਪ੍ਰਭ ਕਾ ਸਿਮਰਨ ਸਭ ਪਾਣੀ ਪੜਦੀ ਆ, ਪਾਣੀ ਨਾ ਬਚੀ ਹੋਈ ਬੇਟੇ, ਮੈਂ ਪਾਣੀ ਬਹੁਤ ਹੁੰਦੀ, ਪਾਣੀ ਤੋਂ ਵੱਡੀ ਕੋਈ ਚੀਜ਼ ਨਹੀਂ। ਪਾਣੀ ਗੁਰੂ ਘਰ, ਗੁਰੂ ਹੈ ਪਾਣੀ ਵਿੱਚ ਹੁਣ ਸਾਰੇ। ਸਤ ਵਚਨ, ਸਤ ਵਚਨ, ਬਿਲਕੁਲ ਸਤ ਵਚਨ। ਅਗਰ ਪਾਣੀ ਮਾਨੋ ਭਾਈ, ਉਹ ਸਭ ਦਾ ਸੁਖਦਾਈ, ਜਿਸ ਕਾ ਕੋਈ ਨਹੀਂ ਉਸ ਕਾ ਤੋਂ ਹੈ ਖੁਦਾ। ਅਗਰ ਪਾਣੀ ਨਾ ਬਚੀ ਹੋਈ ਨਾ, ਜਿਹੜਾ ਵੈਸੇ ਤੇ ਮੈਂ ਮਰ ਗਈ। ਤਿੰਨ ਜਨਮ ਹੋਏ ਮੇਰੇ, ਤਿੰਨ। ਇਹ ਚੀਜ਼ਾਂ ਨੂੰ ਬਿਲ ਦੇ ਵਿੱਚ ਤਿਆਗ ਦਿਓ, ਜੇ ਜਿਹੜਾ ਬਾਣੀ ਦਾ ਆਸਰਾ ਲੈ ਲੈਂਦਾ ਨਾ, ਉਹਦੇ ਵਾਸਤੇ ਸਾਰੇ ਇੱਕੋ ਜਿਹੇ ਹੋ ਜਾਂਦੇ। ਤੈਨੂੰ ਪੁੱਤਰ ਬਣਾ ਦਿੱਤਾ, ਮੇਰਾ ਲੜਕਾ ਛੱਡ ਕੇ ਚਲ ਗਿਆ, 10 ਮਹੀਨੇ ਹੋਏ ਉਸਕੋ ਬੜੇ ਨੇ, ਮਨਵੀਰ। ਉਹਦੀ ਫੋਟੋ ਵੀ ਇਹਨਾਂ ਨੇ ਕਢਾਈ ਗਈ। ਮਨਵੀਰ ਆ ਜਾਏਗਾ ਨਾ? ਉਹ ਮੇਰਾ ਸਾਈਂ, ਹੱਸਦੇ ਰਹਿਣਾ, ਰੋਣ ਨਾਲ ਕੁਛ ਨਹੀਂ ਬਣਦਾ। ਉਹਨਾਂ ਨੇ ਕੇਸ ਕੀ ਹੋਇਆ ਜੇ 4 ਦਿਨ ਸਖਤ ਆ ਗਏ ਸਦਾ ਇੱਥੇ ਮਜ ਛਾਵਾਂ ਛਾਵਾਂ ਕੌਣ ਕਰੇ? ਮਾਵਾਂ ਦੇ ਹਰਜਾਨੇ ਲੋਕੋ ਕੌਣ ਭਰੇ? ਮਾਂ ਦੀਆਂ ਗਾਲਾਂ ਘਿਓ ਦੀਆਂ ਨਾਲਾਂ, ਗੁੱਸੇ ਵਿੱਚ ਕਹਿ ਜਾਣਾ ਮਰ ਜਾਣਾ ਢਹਿ ਜਾਣਾ, ਵੇ ਤੂੰ ਰੁੜ ਜਾਣਾ ਲਹਿ ਜਾਣਾ। ਹਰ ਮਾਂ ਆਪਣੇ ਪੁੱਤ ਦੀ ਨਜ਼ਰ ਉਤਾਰ ਤਰੇ, ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ? ਪਰ ਇਹਨਾਂ ਮਾਵਾਂ ਨੂੰ ਛਾਵਾਂ ਕੌਣ ਦੇਵੇ ਬਾਬਾ?